ਮੇਰਾ ਨਾਮ ਹੈ ਗਗਨਦੀਪ ਸੇਖੋ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਵੱਲੋਂ ਦੋਸਤੋ ਜਿਸ ਤਰ੍ਹਾਂ ਕਿ ਪੀਟਸਬੀ ਦੀ ਜੋ ਸਾਈਟ ਹੈ ਅਫੀਸ਼ੀਅਲ ਸਾਈਟ ਹੈ ਉਸ ਦੇ ਉੱਪਰ ਅੱਜ ਜੋ ਇੱਕ ਨਿਊ ਐਡਵਰਟਾਈਜ਼ਮੈਂਟ ਆਈ ਹੈ ਉਸ ਵਿੱਚ ਕੀ ਹੈ ਉਹਨਾਂ ਨੇ ਕੈਲੰਡਰ ਦੇ ਦਿੱਤਾ ਹੈ ਜੋ ਕਿ ਪੁਰਾਣੇ ਪੇਪਰ ਅਜੇ ਤੱਕ ਹੋਣੇ ਹਨ ਉਹਨਾਂ ਦੀ ਡੇਟ ਦੇ ਦਿੱਤੀ ਹੈ ਤੇ ਜੋ ਹੋਣ ਵਾਲੇ ਹਨ ਉਹਨਾਂ ਦੀ ਦਿੱਤੀ ਹੈ ਤਾਂ ਉਹ ਕਿਸ ਕਿਸ ਤਰ੍ਹਾਂ ਦੀ ਹੈ ਉਹ ਇਹਨਾਂ ਨੇ ਦਿੱਤੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਕੀ ਹੈ ਸਾਡੇ ਲਈ ਬੈਸਟ ਕੀ ਚੀਜ਼ ਹੈ ਟਰਪਲ ਐਸ ਬੀ ਬੋਰਡ ਦੇ ਜੋ ਐਗਜ਼ਾਮ ਹਨ ਸਾਡੇ ਬਹੁਤ ਹੀ ਜ਼ਿਆਦੇ ਪਏ ਸਨ ਤਾਂ ਉਹ ਕੀ ਹੈ ਹੁਣ ਹੋਵੇਗਾ ਬਸ ਇੱਕੋ ਇੱਕ ਕੇਸ ਹੈ ਤਾਂ ਉਹ ਹੈ ਦੋਸਤੋ ਫਿਰ ਵੀਡੀਓ ਦੀ ਗੱਲ ਜੇਕਰ ਹੋ ਜਾਵੇ ਤਾਂ ਵੀਡੀਓ ਇੱਥੇ ਕੀ ਹੈ ਉਹਨਾਂ ਨੇ ਫੇਰ ਕਹਿ ਦਿੱਤਾ ਕਿ ਇੱਥੇ ਡੇਟ ਮੈਂਸ਼ਨ ਨਹੀਂ ਕੀਤੀ ਗਈ ਹੈ ਵੀਡੀਓ ਦੀ ਤਾਂ ਉਹ ਅਸੀਂ ਦੇਖਦੇ ਹਾਂ 1 ਬਾਈ 1 ਹੁਣ ਵੀਡੀਓ ਦੀ ਇੱਥੇ ਡੇਟ ਨਹੀਂ ਦਿੱਤੀ ਗਈ ਤਾਂ ಗ್ರಾಮ ਸੇਵਕ ਦਾ ਪੇਪਰ ਹਜੇ ਤੱਕ ਇਹਨਾਂ ਨੇ ਮੈਂਸ਼ਨ ਨਹੀਂ ਕੀਤਾ ਵੀ ਕਦੋਂ ਹੋਵੇਗਾ ਤਾਂ ਹੋ ਸਕਦਾ ਹੈ ਇਸ ਤੋਂ ਅੱਗੇ ਹੋਵੇ ਤਾਂ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਲਿਖਿਆ ਹੈ ਕਿ ਆਵਦਾ ਜੋ ਉਹਨਾਂ ਦਾ ਹੈ ਜੋ ਉਹਨਾਂ ਦਾ ਬੂਡ ਹੈ ਐਸ 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 ਬੋਰਡ ਪੰਜਾਬ ਹੈ ਜੋ ਫੋਰੈਸਟ ਕੰਪਲੈਕਸ ਉਹਨਾਂ ਵੱਲੋਂ ਦਿੱਤਾ ਗਿਆ ਹੈ ਤਾਂ ਦੇਖੋ ਦੋਸਤੋ ਸਭ ਤੋਂ ਪਹਿਲਾਂ ਕੀ ਹੈ ਇਹ ਪੋਸਟ ਹੈ ਜਿਸ ਨੇ ਵੀ ਅਪਲਾਈ ਕੀਤੀ ਹੈ ਤਾਂ ਉਹਨਾਂ ਦਾ ਪੇਪਰ ਹੈ ਜੋ ਓ ਐਨ ਈ ਤਰੀਕ ਨੂੰ ਹੋਵੇਗਾ ਦੂਸਰਾ ਹੈ ਜੋ ਇਹ ਪੇਪਰ ਹੈ ਤਾਂ ਇਹ ਸਾਡਾ ਇੱਥੇ ਲਿਖਿਆ ਹੋਇਆ ਇਹਨੇ ਡੇਟ ਮੈਂਸ਼ਨ ਕੀਤੀ ਹੈ ਇਸੇ ਤਰ੍ਹਾਂ ਜਿੰਨਾਂ ਦਾ ਦੋਸਤੋ ਦੇਖਦੇ ਚੱਲੋ ਕਿਹੜਾ ਕਿਹੜਾ ਪੇਪਰ ਹੈ ਏ ਪੇਪਰ ਜੇਕਰ ਭਰਿਆ ਹੋਇਆ ਹੈ ਤਾਂ ਉਹਦੀ ਤਿਆਰੀ ਬਰਕਰਾਰ ਰੱਖੋ ਸਾਰੇ ਪੇਪਰਾਂ ਦੀ ਤਿਆਰੀ ਰੱਖੋ ਅਤੇ ਸਭ ਤੋਂ ਪਹਿਲਾਂ ਕੀ ਹੈ ਸਾਡਾ ਪੇਪਰ ਜੋ ਹੈ ਪੰਜਾਬੀ ਦਾ ਕੁਆਲੀਫਾਈ ਹੋਣਾ ਜ਼ਰੂਰੀ ਹੈ ਤਾਂ ਉਸਦੀ ਤਿਆਰੀ ਰੱਖੋ ਦੋਸਤੋ ਵੈਟਰਨਰੀ ਦਾ ਆ ਗਿਆ 7 5 ਨੂੰ ਆ ਗਿਆ ਤੇ ਦੇਖੋ ਐਡਵਰਟਾਈਜ਼ਮੈਂਟ ਜੋ 89C ਇਸ ਦੇ ਵਿੱਚ ਜੋ ਕੀਤੀਆਂ ਗਈਆਂ ਹਨ ਗੱਲਾਂ ਤਾਂ ਇੱਥੇ ਕੀ ਹੈ ਅਸਿਸਟੈਂਟ ਦਾ ਆ ਗਿਆ ਗੈਲਰੀ ਦਾ ਆ ਗਿਆ ਫੀਲਡ ਕੈਟਾਲੋਗਰ ਬੁੱਕ ਬਾਈਂਡਰ ਜੂਨੀਅਰ ਟੈਕਨੀਕਲ ਅਸਿਸਟੈਂਟ ਤਾਂ ਸਾਰਿਆਂ ਦੇ ਪੇਪਰਾਂ ਦੀ ਜੋ ਡੇਟ ਦਿੰਦੀ ਹੈ ਉਹ ਇਹ ਦੇ ਦਿੰਦੀ ਹੈ ਉਸ ਤੋਂ ਅੱਗੇ ਕੀ ਹੈ ਪਟਵਾਰੀ ਜੋ ਕਿ ਰੀਸੈਂਟਲੀ ਹਜੇ ਹੋਇਆ ਹੁਣੇ ਹੀ ਕੀ ਹੈ ਆਇਆ ਸੀ ਪਿੱਛੇ ਜੀ ਤਾਂ ਉਸ ਦਾ ਪੇਪਰ ਵੀ ਕੀ ਹੈ ਇਹਨਾਂ ਨੇ ਫਸਟ ਲੈ ਲਿਆ ਹੈ ਤਾਂ ਇਹ ਕੀ ਹੈ ਅਸੀਂ ਕਹਿ ਸਕਦੇ ਹਾਂ ਆਪਾਂ ਦੋਸਤੋ ਕਲਰ ਚੇਂਜ ਕਰਦੇ ਹਾਂ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਨੇ ਬਹੁਤ ਵਧੀਆ ਕੀਤਾ ਹੈ ਬੈਸਟ ਕੀਤਾ ਹੈ ਮਤਲਬ ਪੇਪਰ ਦੀ ਤਿਆਰੀ ਹੈ ਤੁਸੀਂ ਹੁਣ 100% ਕਰ ਲਵੋ ਕਿ ਸਾਡਾ ਪਟਵਾਰੀ ਕਲੀਅਰ ਹੋਣਾ ਚਾਹੀਦਾ ਹੈ ਕਿਉਂਕਿ ਇਸ ਵਾਰ ਹੈ ਜੋ ਐਗਰੀਕਲਚਰ ਨਹੀਂ ਰੱਖੀ ਗਈ ਹੈ ਤਾਂ ਦੋਸਤੋ ਪਟਵਾਰੀ ਤੇ ਫੋਕਸ ਮੇਨ ਰੱਖਣਾ ਹੈ ਅਸੀਂ ਜੋ ਕਿ ਸਾਡਾ ਸਭ ਤੋਂ ਪਹਿਲਾਂ ਹੋਵੇਗਾ ਜੋ ਤਿਆਰੀ ਕਰ ਰਹੇ ਹਨ ਪਟਵਾਰੀ ਦੇ ਤੇ ਦੂਜੇ ਪੇਪਰਾਂ ਦੀ ਜੇਕਰ ਉਹ ਤਿਆਰੀ ਕਰ ਰਹੇ ਹਨ ਤਾਂ ਉਹਨਾਂ ਦਾ ਹੋਵੇਗਾ ਤਾਂ 1 ਬਾਈ 1 ਅਸੀਂ ਦੇਖਦੇ ਹਾਂ ਉਸ ਤੋਂ ਬਾਅਦ ਹੈ ਪਟਵਾਰੀ ਕੀ ਹੈ ਸਾਡੇ ਲਈ ਕੀ ਹੋ ਗਿਆ ਮੋਸਟ ਇੰਪੋਰਟੈਂਟ ਹੋ ਗਿਆ ਕਿਉਂਕਿ ਆਲਮੋਸਟ ਸਾਰਿਆਂ ਨੇ ਇਹ ਫਾਰਮ ਫਿਲ ਕੀਤਾ ਹੈ ਸਤਮਾ ਹੈ ਜੋ ਮਿਲਕ ਰਿਕਾਰਡਰ ਦਾ ਤਾਂ ਇਹ ਵੀ ਪੰਜਵੇਂ ਮਹੀਨੇ ਚਲਾ ਗਿਆ ਮਸਤੋ ਕੀ ਹੈ ਕੰਪਿਊਟਰ ਪੰਕਚਰ ਏ ਪੋਸਟਾਂ ਨਿਕਲੀਆਂ ਹਨ ਤਾਂ ਇਸ ਦਾ ਵੀ ਪੰਜਵੇਂ ਮਹੀਨੇ ਮਤਲਬ ਜਿੰਨੇ ਵੀ ਹਨ ਇਹ ਪੰਜਵੇਂ ਮਹੀਨੇ ਵਾਲਿਆਂ ਦੀ ਗੱਲ ਚੱਲ ਰਹੀ ਹੈ ਤਾਂ ਦੋਸਤੋ ਦੇਖੋ ਐਕਸਾਈਜ਼ ਐਂਡ ਟੈਕਸੇਸ਼ਨ ਇਨਸਪੈਕਟਰ ਦਾ ਪੇਪਰ ਹੈ ਜੋ 21 ਤਰੀਕ ਨੂੰ ਹੋਣਾ ਹੈ ਪੰਜਵੇਂ ਮਹੀਨੇ ਦੇ ਮਤਲਬ ਕੀ ਹੈ ਇਹ ਲਾਸਟ ਵਿੱਚ ਚਲਾ ਗਿਆ ਪੇਪਰ ਤਾਂ ਇਹ ਕੀ ਹੈ ਬਹੁਤ ਹੀ ਜ਼ਿਆਦਾ ਪਹਿਲਾਂ ਪੋਸਟ ਨਿਕਲੀ ਸੀ ਤਾਂ ਕਹ ਰਹੇ ਸਨ ਕਿ ਕਦੋਂ ਹੋਵੇਗਾ ਤਾਂ ਉਸ ਦਾ ਵੀ ਮੈਂਸ਼ਨ ਕੀਤਾ ਗਿਆ 21/5/2023 ਨੂੰ ਤਾਂ ਨੋਟ ਕਰਦੇ ਜਣਾ ਕਿਹੜੀਆਂ-ਕਿਹੜੀਆਂ ਟੋੜੀਆਂ ਪੋਸਟਾਂ ਜੇਕਰ ਕੋਈ ਰਹਿ ਗਈ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਕਿ ਇਹ ਰਹਿ ਗਈ ਤਾਂ ਕੀ ਹੈ ਉਸ ਦਾ ਪੇਪਰ ਜੋ ਕਦੋਂ ਹੋਵੇਗਾ ਉਹ ਵੀ ਪਾ ਦਿੱਤੀ ਜਾਵੇਗੀ ਸਾਈਟ ਤੇ ਤਾਂ ਜੇਕਰ ਡਰਾਈਵਰ ਦੀ ਗੱਲ ਕਰੀਏ 28/5 ਨੂੰ ਡਰਾਈਵਰ ਆਪਰੇਟਰ 28/5 ਨੂੰ ਲੈਬੋਰੇਟਰੀ ਅਸਿਸਟੈਂਟ ਐਨੀਮਲ ਹਸਬੈਂਡਰੀ ਦਾ ਇਹ 6 ਮਹੀਨੇ ਚ ਆ ਗਿਆ ਹੁਣ ਲੈਬ ਦੀ ਗੱਲ ਕਰੀਏ ਫਿਸ਼ਰੀ ਦੀ ਤਾਂ 3 6 ਇਹ ਵੀ 6 ਮਹੀਨੇ 6 ਮਹੀਨੇ ਵੀ ਜਾ ਗਿਆ ਲੈਬੋਰੇਟਰੀ ਟੈਕਨੀਸ਼ੀਅਨ ਦਾ ਐਨੀਮਲ ਹਸਬੈਂਡਰੀ ਦਾ ਇਹ ਵੀ 6 ਮਹੀਨੇ ਚ ਆ ਗਿਆ ਜਿੰਨੇ ਵੀ ਹਨ ਇਹ ਕੀ ਹੈ 6 ਮਹੀਨੇ ਹਨ ਤਾਂ ਉਸ ਤੋਂ ਅੱਗੇ ਚੱਲਦੇ ਹਾਂ ਦੋਸਤੋ ਅਸੀਂ ਅੱਗੇ ਦੇਖਦੇ ਹਾਂ ਉਸ ਤੋਂ ਅੱਗੇ ਨਾਲੇ ਗੱਲ ਕੀਤੀ ਹੈ ਜੋ ਕਿ ਸਾਰਿਆਂ ਦਾ ਫਿਲ ਕੀਤਾ ਹੋਇਆ ਹੈ ਕਲਰਕ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਮਤਲਬ ਕੀ ਹੈ ਅਸੀਂ ਸਿੱਧਾ-ਸਿੱਧਾ ਕਹਿ ਸਕਦੇ ਹਾਂ ਕੋਆਪਰੇਟਿਵ ਬੈਂਕ ਤਾਂ ਕੋਆਪਰੇਟਿਵ ਜੋ ਬੈਂਕ ਹੈ ਉਸ ਦਾ ਪੇਪਰ ਹੈ ਤੁਸੀਂ ਇਸ ਨੂੰ ਡਾਟਾ ਐਂਟਰੀ ਆਪਰੇਟਰ ਨਾ ਕਹੋ ਤੁਸੀਂ ਇਸ ਨੂੰ ਕੋਆਪਰੇਟਿਵ ਬੈਂਕ ਤਾਂ ਕੋਆਪਰੇਟਿਵ ਬੈਂਕ ਦਾ ਜੋ ਪੇਪਰ ਹੈ ਉਹ ਸਾਡਾ ਹੋਣਾ ਹੈ 25 6 ਨੂੰ ਤਾਂ ਆਪ ਦੀ ਤਿਆਰੀ ਖੇਚ ਲਓ ਕਿਉਂਕਿ ਇਹ ਬੈਂਕ ਦਾ ਪੇਪਰ ਹੈ ਉਸ ਤੋਂ ਅੱਗੇ ਹੈ ਦੋਸਤੋ ਟੈਕਨੀਸ਼ੀਅਨ ਗ੍ਰੇਡ 1 ਟੈਕਨੀਕਲ ਅਫੀਸਰ ਟੈਕਨੀਸ਼ੀਅਨ ਗ੍ਰੇਡ 3 ਮਤਲਬ ਕੀ ਹੈ ਜੋ ਇਹ ਤਿੰਨੇ ਪੇਪਰ ਹਨ ਤਾਂ ਇਹ ਕਿੰਨ ਡੇਢ ਦਿੱਤੀ ਹੈ ਇਸ ਤਰੀਕ ਨੂੰ ਬਣੇ ਹਨ ਤੇ ਉਸ ਤੋਂ ਅੱਗੇ ਜੋ ਦੋਸਤੋ ਜੋ ਕਿ ਬਹੁਤ ਹੀ ਜਿਆਦਾ ਜ਼ਰੂਰੀ ਹੈ ਕਲਰਕ ਜਿਸ ਨੂੰ ਅਸੀਂ ਕਹਿ ਦਿੰਦੇ ਹਾਂ ਪੀ ਟ੍ਰਿਪਲ ਐਸ ਪੀ ਕਲਰਕ ट्रिपल एसबी क्लर्क क्योंकि सारे पेपरਾਂ ਜੋ पी ट्रिपल एसबी बोर्ड ਲੈ ਰਿਹਾ ਹੈ ਇਸ ਕਰਕੇ ਅਸੀਂ ਹੁਣ ਕਲਰਕ ਕਵਾਂਗੇ ਜੋ ਇਹ ਕਲਰਕ ਕਮ ਡਾਟਾ ਇੰਟਰਪ੍ਰੀਟਰ ਸੀ ਇਹ ਵੀ पी ट्रिपल एसबी ਕਲਰਕ ਨਿਕਲੀਆਂ ਸਨ ਪੋਸਟਾਂ ਬੱਟ ਕੀਆ ਸੀ ਕੋਆਪਰੇਟਿਵ ਬੈਂਕ ਕਵਾਂਗੇ ਬੱਟ ਇੱਥੇ ਕੀ ਹੈ पी ट्रिपल एसबी ਕਲਰਕ ਦੀ ਗੱਲ ਕੀਤੀ ਗਈ ਹੈ ਤਾਂ ਇਹ ਕਦੋਂ ਹੋਣਾ ਹੈ 7ਵੇਂ ਮਹੀਨੇ ਹੋਣਾ ਹੈ ਪੇਪਰ ਤੇ 1 ਸਾਡਾ 25 6 2003 ਮਤਲਬ ਕਿ 6ਵੇਂ ਮਹੀਨੇ ਹੋਣਾ ਹੈ ਤੇ ਪਟਵਾਰੀ ਦਾ ਤਾਂ ਪਹਿਲਾਂ ਆ ਗਿਆ ਤੇ ਇੱਕ ਆਪਾਂ ਗੱਲ ਕੀਤੀ ਹੈ ਇਸ ਦੀ ਇਹ ਕੀ ਹੈ 5ਵੇਂ ਮਹੀਨੇ ਹੋਣਾ ਹੈ ਤਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਉਹ ਪੇਪਰ ਹੋਵੇਗਾ ਜੋ ਕੀ ਹੈ ਸਾਡਾ ਰੀਸੈਂਟਲੀ ਹੁਨੇ ਹੁਨੇ ਹੀ ਫਾਰਮ ਫਿਲ ਹੋਏ ਹਨ ਤਾਂ ਲਾਸਟ ਡੇਟ ੱਪੀ ਹੈ ਪਟਵਾਰੀ ਦੀ ੱਪੀ ਹੈ ਤਾਂ ਕੀ ਹੈ ਉਸ ਦਾ ਪੇਪਰ ਪਹਿਲਾਂ ਹੋਵੇਗਾ ਉਸ ਤੋਂ ਬਾਅਦ ਦੇਖਿਆ ਜਾਵੇ ਤਾਂ ਇਹਨਾਂ ਨੇ टेंटेटिव शेड्यूल ਪਾਇਆ ਹੋਇਆ ਹੈ ਜੋ ਫੋਰ ਪੋਸਟ ਆਫ ਸਟੈਨੋ ਟਾਈਪਿਸਟ ਐਂਡ ਜੂਨੀਅਰ ਸਕੀਲਸ ਸਟੈਨੋਗ੍ਰਾਫਰ ਤਾਂ 5 ਤੋਂ ਲੈ ਕੇ 8 ਤੱਕ ਕੀ ਹੈ ਸਟੈਨੋ ਟਾਈਪਿਸਟ ਐਂਡ ਜੂਨੀਅਰ ਸਕੀਲਸ ਸਟੈਨੋਗ੍ਰਾਫਰ ਦਾ ਨੇਮ ਆਫ ਪੋਸਟ ਹੈ ਜੋ ਉਸ ਦਾ ਐਗਜ਼ਾਮੀਨੇਸ਼ਨ ਡੇਟ ਦਿੱਤੀ ਗਈ ਹੈ ਤਾਂ ਇਹ ਸਾਰ ਦੋਸਤੋ ਸਾਰੀਆਂ ਡੇਟਸ ਜੋ ਕੀ ਹੈ ਦੇ ਦਿੱਤੀਆਂ ਗਈਆਂ ਨੇ ਤਾਂ ਸਾਰਿਆਂ ਨੂੰ ਕੀ ਹੈ ਹੁਣ ਤਿਆਰੀ ਵਿੱਚ ਜੁਟ ਜਾਣਾ ਚਾਹੀਦਾ ਹੈ ਅਤੇ ਤੁਸੀਂ ਤੁਹਾਨੂੰ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ ਚੈਨਲ ਤੇ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਜੇਕਰ ਕੁਝ ਨਹੀਂ ਸਮਝ ਆਉਂਦਾ ਤਾਂ ਵੀਡੀਓ ਦੇ ਵਿੱਚੋਂ ਦੇਖ ਸਕਦੇ ਹੋ ਦੋਸਤੋ ਹੁਣ ਟਾਈਮ ਹੈ ਸਾਡਾ ਪ੍ਰੈਕਟਿਸ ਟਾਈਮ ਹੈ ਬਟ ਜੋ ਫਰੈਸ਼ਰ ਹਨ ਉਹਨਾਂ ਦਾ ਟਾਈਮ ਹੈ ਕੰਮ ਨੂੰ ਕਰਨ ਦਾ ਕਿਉਂਕਿ ਪੇਪਰ ਬਹੁਤ ਲਗਾਤਾਰ ਆਉਣਗੇ ਹੁਣ ਜਿੰਨੇ ਵੀ ਅਸੀਂ ਭਰੇ ਹੋਏ ਨੇ ਸਭ ਲਗਾਤਾਰ ਹੋਣਗੇ ਜੇਕਰ ਤਿਆਰੀ ਹੋਵੇਗੀ ਤਾਂ ਅਸੀਂ ਉਹਨਾਂ ਨੂੰ ਇਜ਼ੀਲੀ ਕਰੈਕ ਕਰ ਸਕਾਂਗੇ ਅਤੇ ਜੌਬ ਪ੍ਰਾਪਤ ਕਰ ਸਕਾਂਗੇ ਤਾਂ ਦੋਸਤੋ ਮੇਨ ਤਾਂ ਇੰਪੋਰਟੈਂਟ ਜੋ ਹੈ ਸਾਡਾ ਪਟਵਾਰੀ ਹੈ ਤਾਂ ਪਟਵਾਰੀ ਤੇ ਅਸੀਂ ਜਿਆਦਾ ਫੋਕਸ ਕਰਨਾ ਹੈ ਦੂਜੇ ਹਨ ਪੀ ਟ੍ਰਿਪਲ ਐਸ ਬੀ ਕਲਰਕ ਵੀਡੀਓ ਤਾਂ ਇੱਥੇ ਕੀ ਹੈ ਵੀਡੀਓ ਦੀ ਤਾਂ ਗੱਲ ਹੀ ਨਹੀਂ ਕੀਤੀ ਗਈ ਮਤਲਬ ਕਿ ਇਸ ਦੀ ਡੇਟ ਅਲੱਗ ਤੋਂ ਮੈਂਸ਼ਨ ਕੀਤੀ ਜਾਵੇਗੀ ਤੇ ਪਟਵਾਰੀ ਐਕਸਾਈਜ਼ ਇਨਸਪੈਕਟਰ ਪੀਟਸਬੀ ਕਲਰਕ ਡਾਟਾ ਐਂਟਰੀ ਆਪਰੇਟਰ ਇਹ ਸਾਰੇ ਹਨ ਤਾਂ ਮੇਨ ਹੈ ਜੋ ਪੇਪਰ ਹੈ ਉਹ ਕਿਸ ਦਾ ਹੈ ਸਾਡਾ ਪੰਜਾਬੀ ਦਾ ਤਾਂ ਪੰਜਾਬੀ ਦੀ ਤਿਆਰੀ ਤੁਸੀਂ ਫੁੱਲ ਰੱਖਿਓ ਇਹ ਨਾ ਹੋਵੇ ਕਿ ਪੰਜਾਬੀ ਦਾ ਪੇਪਰ ਨਾ ਪਾਸ ਹੋ ਵੀ ਤਾਂ ਇਹ ਪੇਪਰ ਕਿਸੇ ਕੰਮ ਦਾ ਨਹੀਂ ਤਾਂ ਪੰਜਾਬੀ ਦਾ ਪੇਪਰ ਜ਼ਰੂਰੀ ਹੈ ਸਾਡੇ ਲਈ ਕੁਆਲੀਫਾਈ ਕਰਨਾ ਆ ਦੋਸਤੋ ਇਹ ਸੀ ਵੀਡੀਓ ਤੁਹਾਡੇ ਲਈ ਕਿ ਤੁਹਾਨੂੰ ਦੱਸਿਆ ਜਾਵੇ ਕਿ ਸਾਰੇ ਪੇਪਰਾਂ ਦੀ ਡੇਟ ਆਊਟ ਹੋ ਚੁੱਕੀ ਹੈ ਕੈਲੰਡਰ ਪਾ ਦਿੱਤਾ ਗਿਆ ਹੈ ਟ੍ਰਿਪਲ ਐਸ ਪੀ ਬੋਰਡ ਦੁਆਰਾ ਸੋ ਥੈਂਕਸ ਫॉर ਵਾਚਿੰਗ ਮਾਈ ਥਿਸ ਵੀਡੀਓ ਸਤਿ ਸ਼੍ਰੀ ਅਕਾਲ ਜੀ